एक असी विलखण चीज़ जी लैके आए हैं जलेबियां दे नाल नाल तुहानू अज एक इतिहासक खूह जिहड़ा दिखावांगे वो शायद ही जिहड़ा तुहानू नहीं पता होगा कि इस दुकान के अंदर एक खूह भी है। सत श्री अकाल, तुसी देख रहे हो स्ट्रीट फूड विद बिक्रम ते खाओ पियो मौज करो दे इस एपीसोड दे विच तुहानू लैके आए हाँ अमृतसर दे जलेबियां वाले चौंक दे विच, जिथे जलेबियां जड़ियां ने वो बड़ियां मशहूर ने। गुरुदास राम दियां जलेबियां जड़ियां ने वो बड़ियां ही मशहूर ने, फेमस ने। देसी घ्यो दे नाल तैयार कीतियां जांदियां ने सारियां ये जलेबियां। तुसी तस्वीरां च भी देख सकते हो कि किवें जड़ियां ने जलेबियां जड़ियां तैयार कीतियां जा रहियां ने। ये लोकेशन तुहानू मैं दस दिंदा पहला ही, क्योंकि सारा नूं लगभग पता होना, पर इहदे नाल नाल जिहड़ी एक असीं विलखण चीज़ जिहड़ी लैके आए हाँ जलेबियां दे नाल नाल तुहानूं अज एक इतिहासक खूह जिहड़ा दिखावांगे वो शायद ही जिहड़ा तुहानूं नहीं पता होगा कि इस दुकान के अंदर एक खूह भी है जिहड़ा कि अंग्रेज़ां दे समें दे बिल्कुल तैयार किया गया सीगा, जिहड़ी इतिहास के बारे शायद मैं भी बहुत घट जानदा होवांगा। दुकान वालियां नूं ही पुछांगे कि आखिर इस खूह का की इतिहास है, और जलेबियां दे बारे भी गलबात करांगे, इस दे नाल नाल खूह दे बारे भी सारी गलबात करावांगे तुहाडे नाल, क्योंकि ये खूह जिहड़ा है वो अंग्रेज़ां दे वेले तैयार होया सीगा ते इत्थे पानी पीण दा जिहड़ा सोर्स हुंदा सीगा पहले, तुहानूं पता है हुण नाल आ गए ने नलके सीगे, उस तों बाद नाल हुण टूटियां वख वख तरहां दे मॉडर्न जमाना आ, मॉडर्न चीज़ां आ गईआं, पर उस तों पहलां जिहड़ियां देसी तरीके दे नाल खूह तैयार हुंदे सी, खूह दे विचों पानी ਕੱਢਿਆ ਜਾਂਦਾ ਸੀ, ਫਿਰ ਆਮ ਘਰਾਂ ਦੇ ਵਿੱਚ ਪਹੁੰਚਦਾ ਸੀ, ਉੱਥੋਂ ਪਾਣੀ ਭਰ ਕੇ ਲਿਆਇਆ ਜਾਂਦਾ ਸੀਗਾ, ਮਿਹਨਤ ਕਰਦੇ ਸੀ ਲੋਕ। ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਤੁਹਾਨੂੰ ਗੁਰਦਾਸ ਰਾਮ ਜਲੇਬੀਆਂ ਵਾਲੇ ਜਿਹੜੇ ਨੇ ਉਹ ਚੌਂਕ ਦੇ ਵਿੱਚ ਅਸੀਂ ਪਹੁੰਚੇ ਹਾਂ ਅਤੇ ਇਸ ਦੁਕਾਨ ਦੇ ਅੰਦਰ ਹੀ ਇਹ ਸਾਰਾ ਜਿਹੜਾ ਹੈ ਖੂਹ ਦਾ ਵੀ ਇਤਿਹਾਸ ਹੈ, ਬੜਾ ਵੱਡਾ ਇਤਿਹਾਸ ਛੁਪਿਆ ਹੋਇਆ ਸੀਗਾ ਅੱਜ ਅਸੀਂ ਲੱਭ ਲਿਆ ਲਗਭਗ। ਔਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਹਿਲੇ ਕਿ ਗੱਲਬਾਤ ਕਰਦੇ ਹਾਂ ਜਿਹੜੇ ਜਲੇਬੀਆਂ ਵਾਲੇ ਇੱਥੋਂ ਦੇ ਓਨਰ ਨੇ ਵੀਰ ਜੀ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਹਾਂ, ਅੱਜ ਫਿਰ ਗੱਲਬਾਤ ਕਰਦੇ ਹਾਂ। ਸੋ ਆਪਾਂ ਅੱਜ ਪਹੁੰਚ ਚੁੱਕੇ ਹਾਂ ਗੁਰਦਾਸ ਰਾਮ ਜਲੇਬੀਆਂ ਵਾਲੇ ਦੇ ਕੋਲ, ਤਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਨਾਲ, ਭਾਜੀ ਨਾਲ, ਵੀ ਕਿੱਦਾਂ ਕਿੰਨਾ ਇਹ ਸਾਰਾ ਚੱਲਦਾ ਕਿੰਨੇ। ਇਹ ਦੇਖ ਸਕਦੇ ਹੋ ਕਿ ਬਿਜ਼ੀ ਨੇ, ਕਾਫੀ ਕਸਟਮਰ ਹੁੰਦੇ, ਕਿਉਂਕਿ ਇਹਨਾਂ ਕੋਲ ਟਾਈਮ ਦੀ ਬਹੁਤ ਸ਼ੋਰਟਸ ਹੁੰਦੀ ਹੈ, ਹਮੇਸ਼ਾ ਹੀ ਜਦੋਂ ਵੀ ਆਈਦਾ ਇਹਨਾਂ ਕੋਲ ਟਾਈਮ ਦੀ ਬੜੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਕਸਟਮਰ ਜਿਹੜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ ਉਹ ਇੱਥੇ ਇੱਕ ਵਾਰ ਜ਼ਰੂਰ ਆਉਂਦਾ ਹੈ, ਔਰ ਜਲੇਬੀਆਂ ਜ਼ਰੂਰ ਖਾਂਦਾ, ਕਿਉਂਕਿ ਦੇਸੀ ਘਿਓ ਦੇ ਵਿੱਚ ਤਿਆਰ ਕੀਤੀਆਂ ਪਿਓਰ ਜਿਹੜੀਆਂ ਨੇ ਜਲੇਬੀਆਂ, ਸਿਰਫ ਅੰਮ੍ਰਿਤਸਰ ਦੇ ਵਿੱਚ ਅਗਰ ਕਹੀਏ ਤਾਂ ਇੱਥੇ ਹੀ ਮਿਲਦੀਆਂ ਨੇ, ਇਹ ਫੇਮਸ ਜਲੇਬੀਆਂ ਵਾਲਾ ਚੌਂਕ ਜਿਹੜਾ ਹੈ ਉਹ ਉੱਥੇ ਮਿਲਦੀਆਂ ਨੇ, ਅਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਅ ਜੀ ਦੇ ਨਾਲ ਵੀ ਹੋਰ ਕੀ ਇੱਥੇ ਮਿਲਦਾ। ਸਰ ਜੀ ਫ੍ਰੀ ਹੋ ਕੇ ਕਿੱਦਾਂ ਜੀ, ਨਾਲ ਨਾਲ ਗੱਲਬਾਤ ਕਰੀਏ ਆਪਾਂ। ਹਾਂਜੀ ਹਾਂਜੀ ਬੋਲੋ। ਇਹ ਕਿੰਨੇ ਚਿਰ ਪੁਰਾਣੀ ਦੁਕਾਨ ਹੈ ਅਤੇ ਕਿੰਨਾ ਚਿਰ ਹੋ ਗਿਆ ਇਸ ਨੂੰ, ਅਤੇ ਕੀ ਕੀ ਇੱਥੇ ਮਿਲਦਾ ਜਲੇਬੀਆਂ ਤੋਂ ਇਲਾਵਾ ਹੋਰ ਵੀ ਕੀ ਹੈ? ਸਰ ਗੁਰਦਾਸ ਰਾਮ ਜਲੇਬੀਆਂ ਵਾਲਾ ਸਾਡੀ ਫਰਮ ਦਾ ਨਾਮ ਹੈ ਅਤੇ 70 ਸਾਲ ਹੋ ਗਏ ਆ ਸਾਡੀ ਦੁਕਾਨ ਨੂੰ, ਸਾਡੇ ਪਿਤਾ ਜੀ ਨੇ ਸ਼ੁਰੂ ਕੀਤੀ ਸੀ, ਸਾਡੇ ਚਾਚਾ ਜੀ ਨੇ, ਅਤੇ ਜਲੇਬੀਆਂ ਗੁਲਾਬ ਜਾਮੁਨ ਹੈ, ਸੋਹਣ ਹਲਵਾ ਬਣਦਾ, ਅੱਜ ਕੱਲ੍ਹ ਲੋਹੜੀ ਆ ਰਹੀ ਹੈ ਅਤੇ ਖਜੂਰਾਂ ਬਣ ਰਹੀਆਂ, ਨਾਲ ਭੁੱਗਾ ਹੈਗਾ, ਮਤਲਬ ਲੋਹੜੀ ਦੇ ਖਜੂਰਾਂ ਵੀ ਇੱਥੋਂ ਹੀ ਮਿਲਣਗੀਆਂ ਸਾਰਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਸਾਡੇ ਆਉਣਗੇ। ਹਾਂਜੀ ਹਾਂਜੀ ਸਰ, ਜਿਹੜਾ ਸਾਰਾ ਸਮਾਨ ਹੁੰਦਾ ਹੈ ਕਹਿੰਦੇ ਨੇ ਇੱਥੇ ਦੇਸੀ ਘਿਓ ਦੇ ਵਿੱਚ ਤਿਆਰ ਕੀਤਾ ਜਾਂਦਾ। ਹਾਂਜੀ ਸਰ, ਸਾਰਾ ਦੇਸੀ ਘਿਓ 'ਚ ਲੈ ਦੇ ਦੇ। ਹੈਲੋ, ਇਹ ਦੁਕਾਨ ਕਿੱਥੇ ਹੈ ਅਤੇ ਜਿਹੜੇ ਆਉਂਦੇ ਨੇ ਗਾਹਕ ਆਉਂਦੇ ਨੇ ਕਿੱਥੋਂ ਕਿੱਥੋਂ ਲਗਭਗ ਆਏ ਨੇ ਤੁਹਾਡੇ ਕੋਲ ਹੁਣ ਤੱਕ, ਅਤੇ ਤੁਹਾਡੀ ਕੋਈ ਯਾਦਗਾਰ ਜਿਹੜੀ ਕਿਸੇ ਗਾਹਕ ਦੇ ਨਾਲ ਬਣੀ ਹੋਵੇ ਉਹੋ 'ਚ ਕੋਈ ਸ਼ੇਅਰ ਕਰੋਗੇ ਸਾਡੇ ਨਾਲ? ਸਰ ਸਾਰੀ ਯਾਦਗਿਰੀ ਹੈ, ਲਓ ਜੀ ਲਓ। ਅੱਛਾ, ਇਹ ਇੱਕ ਇੱਕ ਖੂਹ ਵੀ ਅੰਦਰ ਹੈਗਾ ਦੁਕਾਨ ਦੇ ਅੰਦਰ, ਇਹਦਾ ਕੀ ਹੈਗਾ ਜੀ, ਖੂਹ ਦਾ ਕੀ ਹੈਗੇ ਚਰਚੇ? ਕਹਿੰਦੇ ਖੂਹ ਹੈਗਾ ਦੁਕਾਨ ਦੇ ਅੰਦਰ ਬੜਾ ਪੁਰਾਣਾ। ਅਤੇ ਸਰ ਜਦੋਂ ਦਾ ਸ਼ਹਿਰ ਵਸਿਆ ਉਦੋਂ ਦਾ ਹੀ ਹੈ ਬਣਿਆ ਹੋਇਆ ਜੀ। ਹਾਂਜੀ ਹਾਂਜੀ, ਇੱਕ ਖੂਹ ਦੀ ਕੀ ਕਹਾਣੀ ਹੈ, ਖੂਹ ਦਾ ਦੱਸਿਓ ਕਦੋਂ ਦਾ ਕੀ ਹੈਗਾ ਸਾਹਿਬ ਦਾ? ਜਦੋਂ ਇਹ ਮਹਾਰਾਜ ਰਣਜੀਤ ਸਿੰਘ ਨੇ ਵਸਾਇਆ ਨਾ ਸ਼ਹਿਰ, ਹਾਂਜੀ, ਸੇਠ ਵਗੈਰਾ ਬਾਹਰੋਂ ਆਏ ਰਾਜਸਥਾਨ ਤੋਂ ਗੁਜਰਾਤ ਤੋਂ,
तो पानी की वो वास्ते उन्होंने अलग अलग जगह खूह बनवाए है। हाँ जी, तो यह खूह उदों का ही बनया हुआ है। दसया जाता कि इतने इतने जिदा मतलब पानी पीने वास्ते बनाया गया सीगा, इतने आने की मतलब कि बाहरों पशु वगैरह भी आते थे। हों कहते खत्म हो गया, चबच्चा होंगे सी पानी का, चबच्चा का। हाँ जी, अच्छा जी, चबच्चा बनया हों ना पानी पशु वास्ते। भुगा ला दे यार। अच्छा जी, वो फिर सरकार ने करते सरकार ने बंद तो कर दिया। डंगर आंदे सी नहीं अंदर, पूजा वगैरह भी की जाती कहते इतने। हाँ जी, हाँ जी, मारवाड़ी करते। अच्छा जी, मारवाड़ी समाज, ठीक है। तो एक कदों फिर किस दिन पूजा करते हैं इतने आने के? स्पैशल डे होंगे कोई? नहीं, उन्होंने जो तो संतान वगैरह का होगा कुछ। अच्छा जी, सबका हो जाएगा। ओए ओए, भुग्गा पा दे पहले। किस तरीके पूजा की जाती है? खाएंगे यहीं पे। ग्रीन रंग इसे सवेरे 9:30 शुरू हो जाते रात के 10:30 तक। सारा दिन इतने फिर? हाँ, ड्यूटी चेंज होती रही, भरा बैठते रहते हैं। अच्छा जी जी, जी खूह की मर्यादा की गल करिए तो बड़ा ध्यान रखना पैदा हो, क्योंकि आस्था जुड़ी होगी लोगों की, काफ़ी लोगों की जेडे। हाँ जी, हाँ जी। किस तरीके पूजा की जाती फिर? किस तरीके कोई चिराग जगाया जाता, अगरबत्ती जगाई जाती, कि पूजा? वीरवार वाले दिन या जिदा जेडे इत मारवाड़ी समाज है, जो उन्होंने संतान वगैरह होंगी है या उस तो पहले जो विह हों उदो पूजा करते हैं। नहीं नहीं नहीं, जठेरे नहीं है, ओनली जल जल की पूजा होंगी है। अच्छा जी, खूह है ना, जल की पूजा होंगी है। हाँ, जल की पूजा, ख्वाजा पीर क्या? हाँ, ख्वाजा ही होंगे, जल देवता ख्वाजे ही होंगे खाने। ख्वाजा देवता कह सकते हैं। तस्वीर तुम्हें दिखा रहे हैं नाल नाल कि किस तरीके का जो खूह बनया हो, अंग्रेजों के वेले का खूह बनाया गया। और उस समय ये पानी पीने वास्ते जो इतने एक चबच्चा भी बनया सीगा बाहर, तो वो जो हुण सरकार ने कहिंदे ने खत्म खुतम कर दिता है। पर किते ना किते जिहड़ा है ये खूह जिहड़ी आ इतिहासक खूह कह सकते हैं, इतिहास जुड़िया होया इहदे नाल। और शायद बहुत सारे लोगों को नहीं पता होगा, ये जलेबियां वाले चौंक के जी जलेबियां वाली दुकान है गुरदास राम जलेबियां वाले, उन्होंने दुकान के अंदर ही खूह है। और ये बड़ी यादगार पुरानी सामभ के बैठे ने। सर एक तो साढ़े दर्शकों अपना नाम तो दस दौ कि नाम असी जे दर्शक तू जान सकन के साढ़े नाल। बस गुरदास राम जलेबियां वाले नाम तो जानते जी। नहीं, थोड़ा नाम की है वो दस दौ, तुम इस वे बैठे हो, थोड़े नाल गलबात हो रही है। मेरा नाम सोम है। सोम जी, ये साढ़े सोम जी ने बड़े वधिया बंदे ने गलबात करने का तरीका देखो कितना वधिया है, क्योंकि नाल नाल वो काम कर रहे हैं। लेकिन साढ़े को बिजी समय के भी सानू उन्होंने बहुत समा जिहड़ा है वो देने की कोशिश की है। आप होर गलबात करांगे जलेबियों के बारे भी, क्योंकि जलेबियां बहुत फेमस ने इतों दी, देसी घ्योर देसी घ्योर बनाई जाए ने। और तुहानू लोगों के नाल भी गल करावांगे जिहड़े लोग इत्थे जलेबियां खाण पहुंचे ने। आपां दिखा रहे हैं कि जलेबियां किवें बन रही ने, देख सकते हो तुसीं बड़ी सफाई दे नाल जिहड़ा है वो जलेबियां नूं बनाया जा रहा है, गर्म कीता जा रहा है। और दुकान दे नाल तुहानूं दिखा रहे हैं कि दुकान जिहड़ी है बड़ी पुरानी दुकान है, बिल्डिंग बड़ी पुरानी है। बिल्डिंग दे विच जिहड़ा है वो दुकान जिहड़ी है एक छोटी जी है, बड़े पुराने तरीके दे नाल ही इहनूं जिहड़ा है ये रख्या गया, नहीं कीता गया कि अजकल जिदा डेकोरेशन कर दिती जाती है दुकानों की, वो उन्होंने पूरा इतिहास भी सामभ के रख्या होया कि पुराने समय के जिस तरीके दुकाना होंदियां सी उस तरीके की दुकान जिहड़ी है अज भी इत्थे मौजूद है। और सिर्फ तो सिर्फ कुछ चीज़ा जिहड़ियां ने बदली कीतियां ने कि पुराने समय दियां भट्टियां ते हुण दियां जिहड़ियां ने उहदे विच चेंजेस, क्योंकि समय के नाल बदलाव भी जरूरी है। आप गलबात फिर कर लेने ये आपको डब्बे में पैक कर देंगे। सोम जी, जलेबियां की खासियत की है? जलेबियां की खासियत देख रहा है कही जाए तो दर्शकों की खासियत है इतने पानी की खासियत इतों के अमृतसर से ही तो अमृत का अमृतसर का घर जोड़ा घर है वो ता ही है कि इतने अमृत है पानी के बीच है गुरु रामदास की नगरी।
ਇਸ ਕਰਕੇ ਇਹਨੂੰ ਅੰਮ੍ਰਿਤਸਰ ਕਹਿੰਦੇ ਆ। ਤੁਸੀਂ ਦੇਖਿਆ ਕਿੰਨੇ ਸੋਹਣੇ ਵਿਚਾਰ ਨੇ, ਅੰਮ੍ਰਿਤਸਰ ਯਾਨੀ ਕਿ ਗੁਰੂ ਰਾਮਦਾਸ ਜੀ ਦਾ ਘਰ ਹੈ, ਅੰਮ੍ਰਿਤਸਰ ਮਤਲਬ ਵੀ ਪਾਣੀ ਦਾ ਜਿਹੜਾ ਹੈ ਮੇਨ, ਉਹਨਾਂ ਨੇ ਆਪਣੀ ਨਹੀਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਇੱਥੋਂ ਦਾ ਪਾਣੀ ਹੀ ਇੰਨਾ ਟੇਸਟ ਹੈ ਕਿ ਹਰ ਇੱਕ ਚੀਜ਼ ਜਿਹੜੀ ਵੀ ਬਣਾਈ ਜਾਂਦੀ ਹੈ ਉਹ ਆਟੋਮੈਟਿਕਲੀ ਕਹਿ ਸਕਦੇ ਹਾਂ ਕਿ ਖੁਦ ਬ ਖੁਦ ਹੀ ਟੇਸਟ ਹੋ ਜਾਂਦੀ ਹੈ, ਸਵਾਦ ਬਣ ਜਾਂਦੀ ਹੈ। ਸੋ ਆਹ ਦੇਖ ਸਕਦੇ ਹੋ ਤਸਵੀਰਾਂ 'ਚ, ਇੱਕ ਵਾਰੀ ਫਿਰ ਤੁਹਾਨੂੰ ਦਿਖਾਉਂਦੇ ਹਾਂ। ਇਹ ਸਰ ਤੁਹਾਡਾ ਪੀਣਾ ਜੀ, ਤੁਸੀਂ ਜਲੇਬੀਆਂ ਤਿਆਰ ਕਰਦੇ ਹੋ, ਕੀ ਪੈਂਦਾ ਇਹਦੇ ਵਿੱਚ, ਕੀ ਕੀ ਬਣਾਉਂਦੇ? ਇਹ ਮੈਂ ਤਾਂ ਗੱਲ ਗੱਲ ਕਰ ਲੈ, ਮੈਦੇ ਦਾ ਮਿਸ਼ਰਣ ਹੈ ਇੱਧਰ ਗਈ ਹੈ ਇੱਧਰ ਚੀਨੀ, ਇਹਨੂੰ ਫਿਰ ਪਹਿਲੇ ਇਹਨੂੰ ਤਿਆਰ ਕਰਦੇ, ਕਹਿ ਦਿੰਦੇ ਕਹਿ ਦਿੰਦੇ ਪਹਿਲੇ ਫਰਾਈ ਕਰਨੀ ਹੈ, ਫਰਾਈ ਕਰਕੇ ਇੱਧਰ ਚੀਨੀ ਪਾ ਦੇਣੀ ਦਵਾਂ। ਜਲੇਬੀ ਖਾਣੀ ਹੈ, ਜਲੇਬੀ ਖਾਣੀ ਹੈ, ਇਹ ਤਾਂ ਡਿਪੈਂਡ ਹੈ ਮਟੀਰੀਅਲ ਦੀ ਬਾਤ ਜਲੇਬੀ ਕਾ ਦੇ ਦਿਆ, ਕੋਈ ਨਹੀਂ ਹੈ ਕੋਈ ਬਾਤ, ਗੁਰੂ ਦਾ ਘਰ ਹੈ ਔਰ ਪੁਰਾਣੀ ਦੁਕਾਨ ਹੈ, 6 ਕਾ ਪੈਸਾ ਕੱਟ ਕਹਿ ਦਿੱਤਾ ਭਾਜੀ ਨੇ ਕਿ ਅੰਮ੍ਰਿਤ ਜਿਹੜਾ ਹੈ ਉਹ ਜਿਹੜਾ ਉਹਦੇ ਵਿੱਚ ਹੀ ਜਿਹੜਾ ਸਭ ਕੁਝ ਹੈਗਾ। ਅੱਛਾ, ਖੂਹ ਦੇ ਬਾਰੇ ਤੁਸੀਂ ਹੋਰ ਜਾਣਕਾਰੀ ਦਿਓ ਥੋੜ੍ਹੀ ਜਿਹੀ, ਖੂਹ ਜਿਹੜਾ 5-7 ਮਿੰਟ ਲੱਗੇ ਰਹਾ ਸਾਰੇ ਤੋਂ ਪਹਿਲੇ 20 ਰੁਪਏ ਦਾ, ਪੈਸੇ ਸਰ ਫੜੇ ਆ ਅੱਗੇ ਜਰਾ 2 ਮਿੰਟ, ਉਹ ਕੋਈ ਗੱਲ ਨਹੀਂ, ਪੈਸੇ ਤੁਹਾਡੇ ਕੋਲ ਸਾਡੇ ਕੋਲ ਇੱਕੋ ਹੀ ਗੱਲ ਆ, ਤੀਆਂ ਦੀਆਂ ਮਿਲਣੀਆਂ ਜਲੇਬੀਆਂ ਪਾਰਟੀਸ਼ਨ ਤੋਂ ਵੀ ਪਹਿਲੇ ਦਾ, ਹਾਂ ਲੈ ਲੈ ਸਭ ਤੋਂ ਪਹਿਲੇ ਦਾ, ਉਹ ਤੋਂ ਪਹਿਲੇ ਪਹਿਲੇ ਜੋ ਹੈ ਪਾਣੀ ਦਾ ਸੋਰਸ ਕੋਈ ਹੁੰਦੇ ਤੇ ਅਬ ਨਲ ਹੋ ਗਏ, ਪਹਿਲੇ ਜੋ ਪਾਣੀ ਦਾ ਸੋਰਸ ਪੀਣੇ ਦਾ ਜੋ ਹੁੰਦਾ ਸੋਰਸ ਅਬ ਸਰਕਾਰੀ ਹੈ, ਇਹ ਹੈ ਪਾਣੀ ਦਾ ਬੈਂਕ, ਉਹ ਜੋ ਹੈ ਪਾਣੀ ਦਾ ਬੈਂਕ ਹੈ, ਅਬ ਤੋ ਘਰ ਮੈਂ ਬਣਾ ਰਹੇ ਹਾਂ, ਕਿ ਆਂਦਾ ਸੀ ਇਥੋਂ ਪਾਣੀ ਕੋਈ, ਇਹ ਮੁੱਲੇ ਸਾਰੇ ਤਕਰੀਬਨ ਇਥੋਂ ਜਾਂਦੇ ਸੀ, ਪਰ ਦੇਖ ਸਕਦੇ ਹੋ ਕਿ ਬੜੀ ਇਹ ਨਾਇਬ ਜਿਹੜੀ ਹੈ ਚੀਜ਼ ਹੈਗੀ ਆ ਜਿਹੜੀ ਸਾਹਮਣੇ ਆਈ ਆ, ਤੁਹਾਨੂੰ ਇੱਕ ਵਾਰੀ ਤਸਵੀਰ ਵੀ ਦਿਖਾਵਾਂਗੇ ਨਾਲ ਨਾਲ ਜਿਹੜੀ ਆ ਪੂਰੀ ਤਸਵੀਰ ਵੀ ਦਿਖਾਵਾਂਗੇ, ਹੁਣ ਇਹਦੇ 'ਚ ਪਾਣੀ ਹੈਗਾ? ਲਓ ਜੀ ਨਹੀਂ, ਹੁਣ ਪਾਣੀ ਨਹੀਂ, ਪਾਣੀ ਚਲਾ ਗਿਆ 200 ਫੁੱਟ ਹੈਗਾ, 60 ਫੁੱਟ 6 ਅਗਰ ਸਰਕਾਰਾਂ ਚਾਹੁੰਦੀਆਂ ਹਾਂਜੀ ਜਲੇਬੀ ਆ ਰਹੀ ਉਹ ਡਾਲ ਤੋਂ, ਸਰਕਾਰਾਂ ਚਾਹੁੰਦੀਆਂ ਤਾਂ ਕਰ ਸਕਦੀ, ਲਓ ਜੀ ਵਿਰਾਸਤ ਹੈ ਸਾਡੀ ਸਾਂਭਣ ਵਾਲੀ, ਵਿਰਾਸਤ ਹੈ ਪੁਰਾਣੀ ਨਵੀਂ ਜਨਰੇਸ਼ਨ ਦੀ ਲਈ ਜਾ ਸਕਦੀ, ਬਹੁਤ ਘੱਟ ਲੋਕਾਂ ਨੂੰ ਇਹਨਾਂ ਦਾ ਇਹਦੇ ਬਾਰੇ ਪਤਾ ਹੋਏਗਾ, ਅਗਲੀ ਜਨਰੇਸ਼ਨ ਨੂੰ ਬਹੁਤ ਕੰਮ ਪਤਾ ਹੈ, ਪਹਿਲੀ ਜਨਰੇਸ਼ਨ ਨੂੰ ਪਤਾ ਹੈ 20-20 ਰੁਪਏ, ਇਹ ਹੈ ਅਗਲੀ ਜਨਰੇਸ਼ਨ ਵਾਸਤੇ ਯਾਦਾਸ਼ਤ, 20 ਰੁਪਏ ਪਾਣੀ ਦਾ ਸੋਰਸ ਕਿਆ ਹੁੰਦਾ, ਪਾਣੀ ਪੀਣੇ ਦਾ ਕਿਆ ਸੋਰਸ ਹੈ। ਸੋ ਇੱਕ ਵਿਲੱਖਣ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਵੀਡੀਓ ਤੁਹਾਨੂੰ ਕਿੱਦਾਂ ਦਾ ਲੱਗਾ ਹੈ ਇਹ ਜ਼ਰੂਰ ਦੱਸਣਾ, ਪਰ ਇਸ ਤੋਂ ਪਹਿਲਾਂ ਅਸੀਂ ਜਿਹੜੇ ਇੱਥੇ ਲੋਕ ਪਹੁੰਚੇ ਨੇ ਉਹ ਕਿੱਦਾਂ ਦਾ ਉਹਨਾਂ ਨੂੰ ਲੱਗ ਰਿਹਾ, ਜਲੇਬੀਆਂ ਦਾ ਕੀ ਟੇਸਟ ਹੈ, ਕਿਉਂਕਿ ਮੇਨ ਅਸੀਂ ਜਲੇਬੀਆਂ ਦੀ ਵੀ ਗੱਲ ਕਰਨੀ ਹੈ ਨਾਲ, ਜਲੇਬੀਆਂ ਦਾ ਕਰਕੇ ਹੀ ਮਸ਼ਹੂਰ ਹੈ ਇਹ ਚੌਂਕ ਹੈ। ਜਲੇਬੀ ਰੈਡੀ ਹੈ, ਜਲੇਬੀ ਖਾਣ ਨੂੰ ਮਿਲੀ ਹੈ, ਖਾ ਕੇ ਦੇਖਦੇ ਹਾਂ ਕਿ ਟੇਸਟ ਕਿੱਦਾਂ ਦਾ, ਕਿਉਂਕਿ ਟੇਸਟ ਪਹਿਲੇ ਵੀ ਮੈਂ ਬੜੀ ਵਾਰੀ ਕੀਤਾ, ਪਰ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਵੀ ਲਾਈਵ ਦਿਖਾਵਾਂਗੇ ਵੀ ਟੇਸਟ ਕਿੱਦਾਂ ਦਾ, ਕਿਉਂਕਿ ਮੈਨੂੰ ਟੇਸਟ ਦਾ ਪਤਾ ਲੱਗਣਾ ਤੁਹਾਨੂੰ ਤਾਂ ਨਹੀਂ, ਤੁਹਾਨੂੰ ਵੀ ਇੱਥੇ ਖਾਣ ਲਈ ਟੇਸਟ ਵੇਖਣ ਲਈ ਅਤੇ ਖਾਣ ਲਈ ਜ਼ਰੂਰ ਆਉਣਾ ਪੈਣਾ, ਮੈਂ ਖਾ ਕੇ ਦੇਖਦਾ ਤੁਹਾਨੂੰ ਦੱਸਦਾ ਕਿੱਦਾਂ ਦਾ, ਕਰੰਚੀ ਹੈ ਬਿਲਕੁਲ, ਪਿਓਰ ਦੇਸੀ ਘਿਓ ਦਾ ਟੇਸਟ, ਮਿੱਠਾ ਵੀ ਇੰਨਾ ਕੀ ਆ ਜਿੰਨਾ ਕੁ ਟੇਸਟ ਦੇ ਵਾਸਤੇ ਚਾਹੀਦਾ, ਕੋਈ ਜ਼ਿਆਦਾ ਮਿੱਠਾ ਨਹੀਂ, ਮਿਠਾਸ ਵੀ ਵਧੀਆ। ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿ ਇੱਥੇ ਜਿਹੜੇ ਕਸਟਮਰ ਆਏ ਉਹਨਾਂ ਨੂੰ ਪੁੱਛ ਲੈਂਦੇ ਹਾਂ ਕਿ ਆਖਿਰ ਜਿਹੜਾ ਹੈ ਇਹਦਾ ਜਲੇਬੀਆਂ ਦਾ ਟੇਸਟ ਕਿਹੋ ਜਿਹਾ ਹੈ। ਮੇਰੇ ਨਾਲ ਸਰਦਾਰ ਜੀ ਮੌਜੂਦ ਨੇ, ਪੁੱਛਦੇ ਆ ਕਿੱਥੋਂ ਆਏ ਨੇ ਪਹਿਲੇ, ਵਿਧੀ ਕਿੱਥੋਂ ਆਏ ਜੀ ਤੁਸੀਂ? ਭਾਅ ਜੀ ਆਪਾਂ ਗੁਰਦਾਸਪੁਰ ਤੋਂ ਆਏ ਹਾਂ ਜੀ। ਵਿਧੀ ਜਲੇਬੀਆਂ ਕਿੱਦਾਂ ਲੱਗੀਆਂ, ਕੀ ਹਿਸਾਬ? ਆਪਾਂ ਭਾਅ ਜੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹੁਣੇ, ਅਤੇ ਆਹ ਬਹੁਤ ਹੀ ਫੇਮਸ ਸ਼ੋਪ ਹੈ ਗੁਰਦਾਸ ਰਾਮ ਜਲੇਬੀ ਵਾਲਾ ਜੀ, ਅਤੇ ਦੇਸੀ ਪਿਓਰ ਦੇਸੀ ਘਿਓ ਦੀਆਂ ਜਲੇਬੀਆਂ ਨੇ, ਅਤੇ ਜੋ ਇਹੋ ਜਿਹਾ ਸਵਾਦ ਆ ਆਪਾਂ, ਮੈਨੂੰ ਲੱਗਦਾ ਨਹੀਂ ਕਿ ਆਪਾਂ ਆਸੇ ਪਾਸੇ ਹੋਰ ਕਿਤੇ ਇਹੋ ਜਿਹੀ ਜਲੇਬੀਆਂ ਖਾਧੀਆਂ, ਬਹੁਤ ਹੀ ਵਧੀਆ ਜਲੇਬੀਆਂ, ਬਹੁਤ ਹੀ ਵਧੀਆ ਸਰਵਿਸ ਸ਼ੋਪ ਵਾਲਿਆਂ ਦੀ। ਇਹ ਪਹਿਲੀ ਵਾਰੀ ਆਏ ਹੋ ਉੱਥੇ? ਨਹੀਂ ਪਹਿਲੀ ਵਾਰੀ ਨਹੀਂ, ਆਪਾਂ ਆਈ ਥਿੰਕ ਇੱਥੇ ਤੀਸਰੀ ਚੌਥੀ ਵਾਰੀ ਆਏ ਹਾਂ।
ਬਹੁਤ ਹੀ ਟੇਸਟੀ ਜਲੇਬੀ ਹੈ ਇਹਨਾਂ ਦੀ ਸ਼ੋਪ ਬਹੁਤ ਫੇਮਸ ਹੈ ਗੁਰਦਾਸ ਰਾਮ ਦੇਸੀ ਘਿਓ ਦੀ ਜਲੇਬੀ ਜਦੋਂ ਵੀ ਗੋਲਡਨ ਟੈਂਪਲ ਆਈਏ ਵੀ ਮੇਕ ਸ਼ੋਰ ਕਿ ਇੱਥੋਂ ਖਾ ਕੇ ਜਾਣੀਆਂ ਨੇ ਬਹੁਤ ਟੇਸਟੀ ਠੰਡ ਵਿੱਚ ਗਰਮ ਗਰਮ ਚੀਜ਼ ਖਾਣ ਦਾ ਦਰਬਾਰ ਸਾਹਿਬ ਆਉਂਦੇ ਨੇ ਲੋਕ ਜਿਹੜੇ ਸ਼ਰਧਾਲੂ ਆਉਂਦੇ ਨੇ ਉਹ ਇੱਥੋਂ ਜ਼ਰੂਰ ਹੋ ਕੇ ਜਾਂਦੇ ਨੇ ਹਾਂਜੀ ਜ਼ਰੂਰ ਇਹ ਫੇਮਸ ਦੁਕਾਨ ਹੈ ਜੀ ਤੁਸੀਂ ਪਹਿਲੀ ਵਾਰੀ ਆਏ ਕਿ ਨਹੀਂ ਨਹੀਂ ਬਹੁਤ ਵਾਰੀ ਸਰਦੀਆਂ 'ਚ ਖਾਸ ਕਰਕੇ ਖਾਈਦੀਆਂ ਨੇ ਉਦੋਂ ਜ਼ਿਆਦਾ ਅੱਛਾ ਲੱਗਦਾ ਹਾਂਜੀ ਮਤਲਬ ਇਹਨਾਂ ਦੀ ਜਲੇਬੀ ਦੀ ਕੀ ਖਾਸੀਅਤ ਕੀ ਲੱਗਦੀ ਤੁਹਾਨੂੰ ਕਿਹੜੀ ਚੀਜ਼ ਵਧੀਆ ਫਰੈਸ਼ ਬਣ ਰਹੀ ਹੈ ਦੇਸੀ ਘਿਓ 'ਚ ਬਣਾ ਰਹੇ ਨੇ ਸਾਫ਼ ਸੁਥਰੀ ਤੁਹਾਡੇ ਸਾਹਮਣੇ ਇੱਕਦਮ ਹੈ ਨਾ ਉਹੀ ਬਸ ਖਾਸੀਅਤ ਹੈ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਜਿਹੜੇ ਦਰਸ਼ਕ ਨੇ ਸਾਡੇ ਲੋਕ ਇੱਥੇ ਆਉਂਦੇ ਨੇ ਖਾਣ ਵਾਲੇ ਉਹ ਵੀ ਕਹਿ ਰਹੇ ਨੇ ਕਿ ਬੜੀ ਜਿਹੜੀ ਹੈ ਅੱਛੀ ਜਲੇਬੀ ਹੁੰਦੀ ਹੈ ਦੇਸੀ ਘਿਓ ਦੇ ਵਿੱਚ ਤਿਆਰ ਹੁੰਦੀ ਹੈ ਅਤੇ ਖਾਸ ਕਰਕੇ ਫਰੈਸ਼ ਹੁੰਦੀ ਆ ਇਸ ਕਰਕੇ ਇਹ ਜਿਹੜੀ ਹੈ ਜਲੇਬੀ ਅਸੀਂ ਜਦੋਂ ਵੀ ਕਹਿੰਦੇ ਨੇ ਗੁਰਦਾਸਪੁਰ ਤੋਂ ਇੱਥੇ ਆਉਂਦੇ ਹਾਂ ਮੱਥਾ ਟੇਕਣ ਲਈ ਆਉਂਦੇ ਹਾਂ ਸ਼੍ਰੀ ਦਰਬਾਰ ਸਾਹਿਬ ਤਾਂ ਇੱਕ ਵਾਰੀ ਜਲੇਬੀਆਂ ਦਾ ਜ਼ਰੂਰ ਜਿਹੜਾ ਹੈ ਉਹ ਜਾਇਕਾ ਲੈਂਦੇ ਹਾਂ ਫਿਲਹਾਲ ਹੋਰ ਵੀ ਜਿਹੜੇ ਇੱਥੋਂ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਭਾਜੀ ਕਰੋਗੇ ਗੱਲ ਕੀ ਨਾਮ ਜੀ ਤੁਹਾਡਾ ਪ੍ਰਿੰਸ ਜੀ ਕਿੱਥੋਂ ਆਏ ਹੋ ਤਰਨ ਤਾਰਨ ਸਾਹਿਬ ਤੋਂ ਕਿੱਦਾਂ ਦੀਆਂ ਲੱਗੀਆਂ ਜਲੇਬੀਆਂ ਕੀ ਹਿਸਾਬ ਦਾ ਕਾਫੀ ਦੇਰ ਦੇ ਆਉਂਦੇ ਜੀ ਅਸੀਂ ਇੱਥੇ ਕਾਫੀ ਦੇਰ ਹੀ ਹੋ ਗਈ ਘੱਟੋ ਘੱਟ 7-8 ਸਾਲ ਹੋ ਗਏ ਆ ਆਈ ਦਾ ਖਾ ਕੇ ਜਦੋਂ ਕੁਝ ਕਰਾਰਾ ਜਿਹਾ ਖਾ ਲਈਦਾ ਬਾਅਦ ਮਿੱਠਾ ਮੂੰਹ ਕਰਨਾ ਆ ਜਾਂਦਾ ਇਹਨੂੰ ਅੱਛਾ ਜੀ ਮਤਲਬ ਕੀ ਖਾਸੀਅਤ ਕੀ ਜਲੇਬੀਆਂ ਦਾ ਜਲੇਬੀਆਂ ਜੀ ਦੇਸੀ ਘਿਓ ਦੀਆਂ ਬਣੀਆਂ ਹੁੰਦੀਆਂ ਵਾ ਸਭ ਤੋਂ ਬੈਸਟ ਜਿਸ ਤਰ੍ਹਾਂ ਭਾਵੇਂ ਇੰਨੀਆਂ ਖਾਧੀਆਂ ਅਸੀਂ ਹੋਰ ਵੀ ਥਾਵਾਂ 'ਤੇ ਪਰ ਇਹਨਾਂ ਦਾ ਟੇਸਟ ਕੁਛ ਅਲੱਗ ਹੀ ਆ ਜੀ ਆਨੰਦ ਜਿਹਾ ਹੀ ਵੱਖਰਾ ਵਾ ਭਾਵੇਂ ਥੋੜ੍ਹੀਆਂ ਖਾ ਲਈਏ ਤਾਂ ਚੰਗੀਆਂ ਲੱਗਦੀਆਂ ਵਾ ਇੱਕ ਸਿਰਫ ਮਿਠਾਸ ਵਾਸਤੇ ਖਾਈਦੀ ਹੈ ਜੀ ਅੱਛੇ ਤਰੀਕੇ ਰਿਵਿਊ ਬਹੁਤ ਵਧੀਆ ਨੇ ਮੈਂ ਆਪਾਂ ਜਿਵੇਂ ਕਿ ਪਹਿਲੇ ਗੱਲਬਾਤ ਕੀਤੀ ਸੀਗੀ ਕਿ ਅਸੀਂ ਆਪ ਟੇਸਟ ਕੀਤਾ ਉਹ ਤਾਂ ਵਧੀਆ ਹੈ ਲੱਗਦਾ ਹੀ ਹੈ ਅਸੀਂ ਤਾਂ ਕਹਿਣਾ ਹੀ ਕਹਿਣਾ ਹੈ ਦੁਕਾਨਦਾਰ ਨੇ ਵੀ ਕਹਿਣਾ ਲੇਕਿਨ ਲੋਕ ਜਦੋਂ ਕਹਿੰਦੇ ਨੇ ਕਿ ਚੀਜ਼ ਚੰਗੀ ਹੈ ਤਾਂ ਸਮਝੋ ਕਿ ਚੀਜ਼ ਵਾਕਈ ਚੰਗੀ ਹੈ ਇੱਕ ਵਾਰੀ ਜ਼ਰੂਰ ਵਿਜਿਟ ਕਰਨਾ ਅਤੇ ਵਿਜਿਟ ਦੇ ਨਾਲ ਨਾਲ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇਹੋ ਜਿਹੀਆਂ ਵੀਡੀਓ ਤੁਹਾਨੂੰ ਅਸੀਂ ਦਿਖਾਉਂਦੇ ਰਹਿੰਦੇ ਹਾਂ ਸ਼ਹਿਰ ਦੇ ਜਿਹੜੇ ਅੱਛੇ ਅੱਛੇ ਖਾਣੇ ਨੇ ਮਸ਼ਹੂਰ ਖਾਣੇ ਨੇ ਉਹ ਤੁਹਾਨੂੰ ਅਸੀਂ ਇਸ ਆਪਣੇ ਚੈਨਲ 'ਤੇ ਦਿਖਾਉਂਦੇ ਰਹਿੰਦੇ ਹਾਂ ਚੈਨਲ ਨੂੰ ਫੇਸਬੁੱਕ 'ਤੇ ਅਗਰ ਉਹ ਤਾਂ ਫੋਲੋ ਕਰ ਲਓ ਯੂਟਿਊਬ 'ਤੇ ਉਹ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਅਤੇ ਸ਼ੇਅਰ ਕਰਨਾ ਕਦੇ ਨਾ ਭੁੱਲਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਅਤੇ ਜ਼ਿੰਦਗੀ 'ਚ ਨਾ ਭੁੱਲਣਾ ਹੈ ਵੀਡੀਓ ਨੂੰ।